ਗੈਸ ਕੱਟ ਆਪਾਂ ਕਰਾਂਗੇ ਫਿੱਟ। ਟਾਈਮਿੰਗ ਸਪੈਲ ਕੱਟ ਕਰ ਰਹੇ ਹਾਂ, ਹੋਲਡਰ ਖੋਲ੍ਹ ਕੇ ਆਪਾਂ ਵਾਲ ਕੱਢਦੇ ਹਾਂ ਇਹਦਾ। ਸਭ ਤੋਂ ਪਹਿਲਾਂ ਆਪਾਂ ਇਹਦਾ ਬਿਲਕੁਲ ਓਕੇ ਕਰਨਾ ਗਾ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਆਪਣੇ ਚੈਨਲ GNT ਬਰਗਾੜੀ 'ਚ। ਉਮੀਦ ਆ ਸਾਰੇ ਸੱਜਣ ਠੀਕ ਹੋਣਗੇ। ਲਓ ਮਿੱਤਰੋ, ਅੱਜ ਫਿਰ ਗੱਲਬਾਤ ਕਰਦੇ ਹਾਂ ਆਪਾਂ ਪਾਰਟ ਨੰਬਰ 2 ਦੇ ਵਿੱਚ, ਜੋ ਕਿ ਤੁਸੀਂ ਪਿੱਛੇ ਦੇਖ ਰਹੇ ਹੋ, ਜੋ ਪਾਵਰ ਟਰੈਕ 4455 ਟਰੈਕਟਰ ਜਿਹੜਾ ਆਪਣੇ ਕੋਲ ਖੁੱਲ੍ਹਿਆ ਵਾ। ਸੋ ਸੱਜਣੋ, ਆਪਾਂ ਇਸ ਟਰੈਕਟਰ ਦੇ ਵਿੱਚ ਜਿਹੜਾ ਇੰਜਨ ਓਵਰਹਾਲ ਕਰ ਰਹੇ ਹਾਂ, ਇੰਜਨ ਓਵਰਹਾਲ ਦੇ ਵਿੱਚ ਆਪਾਂ ਤੁਸੀਂ ਪਹਿਲਾਂ ਦੇਖਿਆ ਪਿਸਟਨ ਵਗੈਰਾ, ਕ੍ਰੈਂਕਸ਼ਾਫਟ ਵਗੈਰਾ, ਫਰਾਈਵੀਲ ਕ੍ਰੈਂਕ ਇੰਜਨ ਸਾਰਾ ਆਪਾਂ ਫਿਟਿੰਗ ਕੀਤਾ, ਸਾਰਾ ਕੁਝ ਦਿਖਾਇਆ ਤੁਹਾਨੂੰ। ਅੱਜ 2 ਨੰਬਰ ਦੇ ਪਾਰਟ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਜਿਹੜਾ ਇਸ ਟਰੈਕਟਰ ਦਾ ਪੈਂਡਿੰਗ ਕੰਮ ਪਿਆ ਗਾ। ਹੈੱਡ ਵਗੈਰਾ ਦੀ ਫਿਟਿੰਗ ਕਰਨ ਵਾਲੀ ਪਈ ਆ, ਸਪੈਲ ਕੱਟ ਪਿਆ ਆਪਣਾ, ਟੈਪਟ ਦੀ ਸੈਟਿੰਗ ਕਰਨ ਵਾਲੀ ਪਈ ਆ, ਸੋ ਫਰੰਟ ਹਿੱਸਾ ਵਗੈਰਾ, ਰੇਡੀਏਟਰ, ਵਾਟਰ ਬਾਡੀ ਸਭ ਕੁਝ ਫਿੱਟ ਕਰਾਂਗੇ। ਅਤੇ ਮਿੱਤਰੋ, ਬਣੇ ਰਹੇ ਵੀਡੀਓ ਦੇ ਨਾਲ, ਅੱਜ ਦਿਖਾਵਾਂਗੇ ਤੁਹਾਨੂੰ ਅੱਜ ਦੇ ਵਲੋਗ ਦੇ ਵਿੱਚ ਕੀ ਆਪਾਂ ਅੱਜ ਫਿੱਟ ਕਰਦੇ ਹਾਂ। ਚਲੋ ਕਰਦੇ ਹਾਂ ਆਪਾਂ ਵੀਡੀਓ ਸ਼ੁਰੂਆਤ। ਸਭ ਤੋਂ ਪਹਿਲਾਂ ਕਰਦੇ ਹਾਂ ਆਪਾਂ ਇਸ ਟਰੈਕਟਰ ਦਾ ਹੈੱਡ ਫਿੱਟ। ਹੈੱਡ ਫਿੱਟ ਕਰਨ ਤੋਂ ਬਾਅਦ ਫਿਰ ਆਪਾਂ ਇਹਦੀ ਟੈਪਟ ਵਗੈਰਾ ਸੈਟਿੰਗ ਕਰਾਂਗੇ। ਚਲੋ ਜੁੜੇ ਰਹੇ ਵੀਡੀਓ ਦੇ ਨਾਲ। ਸੱਜਣੋ, ਇਸ ਟਰੈਕਟਰ ਦੇ ਵਿੱਚ ਆਪਾਂ ਹੁਣ ਹੈੱਡ ਦੀ ਫਿਟਿੰਗ ਕਰਾਂਗੇ। ਆਹ ਤੁਸੀਂ ਚੈੱਕ ਕਰ ਸਕਦੇ ਹੋ ਹੈੱਡ ਜੋ ਆਪਣਾ ਫਿੱਟ ਕਰਤਾ ਸੀਗਾ ਆਪਾਂ। ਸੋ ਆਪਾਂ ਇਹਦੇ ਵਿੱਚ 5-10 thousand ਵਾਲ ਉੱਚੇ ਰਖਾਏ ਹੈਗੇ, ਕਿਉਂਕਿ ਪਾਵਰ ਟਰੈਕ ਦੇ ਵਾਲ ਆ ਜਿਹੜੇ ਫੇਸ ਨਾਲੋਂ ਉੱਚੇ ਹੁੰਦੇ ਆ। ਚਲੋ ਖੋਲ੍ਹਦੇ ਹਾਂ ਕੱਪੜਾ, ਆਪਾਂ ਖੋਲ੍ਹ ਕੇ ਕੱਪੜਾ ਅਤੇ ਫਿਰ ਕਰਦੇ ਹਾਂ ਆਪਾਂ ਹੈੱਡ ਫਿੱਟ ਲਾ ਕੇ ਗੈਸ ਕੱਟ। ਹੁਣ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਹੈੱਡ ਦੀ ਫਿਟਿੰਗ। ਗੈਸਕਟ ਵਗੈਰਾ ਲਾਉਂਦੇ ਹਾਂ ਆਪਾਂ, ਗੈਸਕਟ ਲਾਵਾਂਗੇ ਤੇ ਫਾਰਮ ਟਰੈਕ ਕੰਪਨੀ ਦਾ, ਜਿਹਨੂੰ ਤੁਹਾਨੂੰ ਦਿਖਾਈ ਦਿੰਦੇ ਹਾਂ ਆਪਾਂ। ਆ ਤੁਸੀਂ ਚੈੱਕ ਕਰ ਸਕਦੇ ਹੋ ਈ ਟੋਪ ਕੰਪਨੀ ਦਾ, ਜਿਹਨੂੰ ਫਾਰਮ ਟਰੈਕ ਦਾ ਗੈਸਕਟ ਆਪਾਂ ਕਰਾਂਗੇ ਫਿੱਟ। ਗੈਸਕਟ ਕਰਕੇ ਫਿੱਟ ਅਤੇ ਗੈਸਕਟ ਆਪਾਂ ਗਰੀਸ ਨਾਲ ਫਿੱਟ ਕਰਾਂਗੇ। ਕੋਈ ਸਲੈਗ, ਕੋਈ ਐਨਾ ਬੋਰਡ ਕੁਝ ਨਹੀਂ ਲਾਉਂਦੇ ਆਪਾਂ।
ਤੋਂ ਬਾਅਦ ਕਰਦੇ ਆਪਾਂ ਟੈਪ ਸੈਟਿੰਗ 15 ਅਤੇ ਇਨਲੈਟ ਵਾਲ ਦੀ ਕਰਾਂਗੇ 0-10 ਅਤੇ ਸੋ ਆਪਾਂ ਇਸ ਤੋਂ ਬਾਅਦ ਖੋਲ੍ਹਦੇ ਹਾਂ ਪੰਪ ਦੀ ਫੇਲ ਪੰਪ ਦੀ ਪਲੇਟ ਖੋਲ੍ਹ ਕੇ ਬਾਡੀ ਦੇ ਪ੍ਰੋਪਰ ਗਾਈਡਾਂ ਕਰਕੇ ਜਿਹੜੇ ਸਿਲੰਡਰ ਦੀ ਬਾਡੀ ਦੇ ਪ੍ਰੋਪਰ ਗਾਈਡ ਆ ਗਈ ਅਤੇ ਸੋ ਉਸ ਦੇ ਮੁਤਾਬਕ ਆਪਾਂ ਟੈਪ ਸੈਟਿੰਗ ਕਰਾਂਗੇ ਜੀ। ਇਹ ਮਗਰਲੇ ਸਿਲੰਡਰ ਦੀ ਆਪਣੀ ਆ ਗਈ ਗਾਈਡ ਤਾਂ ਅਤੇ ਉਦੋਂ ਆਪਾਂ ਮਗਰਲੇ ਸਿਲੰਡਰ ਦੀਆਂ ਟੈਪਾਂ ਦੀ ਸੈਟਿੰਗ ਕਰਾਂਗੇ। ਠੀਕ ਹੈ, ਵੇਖ ਲਿਆ ਟੈਪ ਕਰਾਂਗੇ। ਇਹਦੇ ਵਿੱਚ ਜਿਹੜਾ ਐਗਜਸਟ ਵਾਲ ਆਪਣਾ ਇੱਧਰਲੀ ਸਾਈਡ ਇੰਜਟ ਵਾਲ ਇੱਧਰ ਲੱਗ ਜਿਹੜੀ ਇਹਦੀ 0-15 ਕਰਾਂਗੇ ਆਪਾਂ ਉਹ ਕਰਾਂਗੇ ਐਗਜਸਟ ਵਾਲੀ। ਟੈਬਟਾਂ ਦੀ ਆਪਣੀ ਸੈਟਿੰਗ ਹੋ ਚੁੱਕੀ ਆ, ਹੁਣ ਇਸ ਤੋਂ ਬਾਅਦ ਆਪਾਂ ਟੈਬਟ ਕਵਰ ਕਰਦੇ ਹਾਂ ਫਿੱਟ। ਆਹ ਤੁਸੀਂ ਚੈੱਕ ਕਰਦੇ ਹੋ ਜਾਲੀ ਵਗੈਰਾ ਦੀ ਧੋਤੀ ਆਪਾਂ ਵਿਚਲੀ, ਹੁਣ ਇਹਨੂੰ ਫਿੱਟ ਕਰਦੇ ਹਾਂ ਟੈਬਟ ਕਵਰ ਨੂੰ। ਟਾਈਮਿੰਗ ਸਪੈਲ ਕੱਟ ਕਰ ਰਹੇ ਹਾਂ, ਹੋਲਡਰ ਖੋਲ੍ਹ ਕੇ ਆਪਾਂ ਵਾਲ ਕੱਢਦੇ ਹਾਂ। ਇਹਦਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ, ਸਭ ਤੋਂ ਪਹਿਲਾਂ ਵਾਲ ਕੱਢ ਲਿਆ ਆਪਾਂ। ਵਾਲ ਕੱਢ ਕੇ ਫਿਰ ਉਸ ਤੋਂ ਬਾਅਦ ਆਪਾਂ ਐਲ ਕੀ ਪਾਵਾਂਗੇ 6 ਨੰਬਰ। ਇਸ ਤੋਂ ਬਾਅਦ ਜਦੋਂ ਪਲੰਜਰ ਤੁਹਾਡਾ ਬਾਡੀ ਦੇ ਉੱਪਰ ਉੱਠਣਾ ਹੋ ਜਾਏ ਸਟਾਰਟ, ਤਾਂ ਇੱਧਰ ਐਲਕੀ ਪਾ ਲਿਓ ਇੱਧਰਲੀ ਸਾਈਡ ਆ ਜਗ੍ਹਾ 'ਤੇ। ਆ ਐਲਕੀ ਪਾ ਰਹੇ ਹਾਂ ਆਪਾਂ ਇਹਦੀ ਜਗ੍ਹਾ 'ਤੇ। ਹੁਣ ਆਪਾਂ ਹੌਲੀ ਹੌਲੀ ਘੁਮਾਵਾਂਗੇ ਇਹਨੂੰ। ਦੇਖ
ਬੈਕ ਫੇਰਦੇ ਹਾਂ। ਲਓ ਇਹ ਲੱਗੀ ਤੁਹਾਡੀ ਦੋ ਜਗ੍ਹਾ ਤੇ ਪਊਗੀ, ਇਧਰੋਂ ਇਧਰੋਂ ਆਪਾਂ ਆਹ ਪਲੰਜਰ ਆ ਜਿਹੜਾ ਆਪਣਾ ਉੱਪਰਲੀ ਬਾਡੀ ਤੋਂ ਥੋੜਾ ਜਿਹਾ ਥੱਲੇ ਹੋਣਾ ਚਾਹੀਦਾ, ਇੱਥੇ ਤੁਹਾਨੂੰ ਨਿਸ਼ਾਨੀ ਪਤਾ ਲੱਗ ਜੂ ਵੀ ਆਪਣੇ ਕਿਹੜੇ ਟੱਕ ਤੇ ਪਈ ਹੈ। ਜੇ ਅਗਲੇ ਟੱਕ ਤੇ ਪਊਗੀ ਤਾਂ ਤੁਹਾਡੀ ਪਲੰਜਰ ਉੱਪਰ ਹੋ ਜੂਗਾ, ਜੇ ਥੋੜਾ ਪਹਿਲਾਂ ਵਾਲੇ ਟੱਕ ਤੇ ਪਊਗੀ ਤਾਂ ਪਲੰਜਰ ਤੁਹਾਡਾ ਥੋੜਾ ਡਾਊਨ ਰਹੂਗਾ। ਹੁਣ ਆਪਾਂ ਇੱਥੇ ਤਾਂ ਸਪੈਲ ਸੈਟਿੰਗ ਕਰਨਾ, ਇਧਰੋਂ ਬੋਲਟ ਟਾਇਟ ਢਿੱਲੇ ਕਰ ਲੈਣੇ 13 ਦੇ, ਇੱਧਰ ਦਿਖਾਓ ਆ ਬੋਲਟ ਆਪਾਂ ਢਿੱਲੇ ਕਰ ਲੈਣੇ 13 ਦੇ। ਆ ਚੈੱਕ ਕਰੋ ਜਿੱਥੇ ਆਪਾਂ ਟਾਈਮਿੰਗ ਆਪਾਂ ਇਹਦਾ ਬਿਲਕੁਲ ਓਕੇ ਕਰਨਾ ਗਾ, ਠੀਕ ਆ। ਹੁਣ ਆਪਾਂ ਇਹਦਾ ਪੰਪ ਮਾਰਦੇ ਹਾਂ, ਪੰਪ ਦਿੰਦੇ ਹਾਂ ਇਹਨੂੰ, ਠੀਕ ਹੈ। ਆਪਾਂ ਟਾਈਮਿੰਗ ਇਹਦਾ ਆਊਟ ਕਰਦੇ ਹਾਂ, ਆਹ ਦੇਖ ਸਕਦੇ ਇੱਥੇ ਡੀਜ਼ਲ ਆਈ ਜਾਂਦਾ, ਦੇਖੋ ਆ ਤੁਸੀਂ ਚੈੱਕ ਕਰ ਸਕਦੇ ਡੀਜ਼ਲ ਆਈ ਜਾਂਦਾ ਇੱਥੇ। ਡੀਜ਼ਲ ਨੂੰ ਬੰਦ ਕਰਨ ਲਈ ਆਪਾਂ ਇੱਧਰੋਂ ਘੁਮਾਵਾਂਗੇ ਬਰਾਰੀ ਨੂੰ, ਹਲਕਾ ਜਿਹਾ ਪਿੱਛੇ, ਆਹ ਦੇਖੋ ਇੱਥੇ ਆਪਣਾ ਟਾਈਮਿੰਗ ਬਿਲਕੁਲ ਓਕੇ ਆ। ਇੱਥੇ 10 ਸਕਿੰਟ ਦੇ ਵਿੱਚ ਇੱਕ ਬੂੰਦ ਬਣੂਗੀ, ਆਹ ਤੁਸੀਂ ਚੈੱਕ ਕਰ ਸਕਦੇ ਥੋੜ੍ਹਾ ਜਿਹਾ ਡੀਜ਼ਲ ਹਲਕਾ ਜਿਹਾ ਆ ਗਿਆ, ਆਹ ਦੇਖੋ ਹਲਕਾ ਜਿਹਾ ਤੇਲ ਆ ਗਿਆ ਇੱਥੇ ਇੱਥੇ ਆਪਣਾ ਟਾਈਮਿੰਗ ਬਿਲਕੁਲ ਸਹੀ ਆ। ਹੁਣ ਆਪਾਂ ਇਸ ਤੋਂ ਬਾਅਦ ਆਪਾਂ ਜਿਹੜੇ ਬੋਲਟ ਆ ਇਹ ਟਾਈਟ ਕਰ ਦਾਂਗੇ 13 ਦੇ, ਇੱਥੇ ਬੋਲਟ ਆਪਣੇ ਹੋ ਗਏ ਟਾਈਟ 13 ਦੇ, ਆਹ ਤੁਸੀਂ ਚੈੱਕ ਕਰ ਸਕਦੇ ਹੋ। ਇੱਧਰੋਂ ਆਪਾਂ ਐਲ ਕੀ ਨੂੰ ਕੱਢ ਦਿਆਂਗੇ, ਦਿਖਾਓ ਐਲ ਕੀ ਨੂੰ ਆਪਾਂ ਖਿੱਚ ਲਾਂਗੇ ਇੱਥੇ, ਠੀਕ ਹੈ। ਇੱਥੇ ਆਪਣਾ ਜਿਹੜਾ ਡਰੋਪ ਸੈਟਿੰਗ ਆ ਟਰੈਕਟਰ ਦੀ ਬਿਲਕੁਲ ਓਕੇ ਆ, ਜਿੱਦਾਂ ਕੰਪਨੀ ਦਾ ਟਾਈਮਿੰਗ ਹੁੰਦਾ ਉੱਦਾਂ ਆਪਾਂ ਸੈਟਿੰਗ ਕਰ ਲਿਆ ਦਾ। ਅਤੇ ਇਸ ਤੋਂ ਬਾਅਦ ਲਾਉਂਦੇ ਹੁਣ ਪਲੇਟ ਅਤੇ ਕਰਕੇ ਹੋਲਡਰ ਵਗੈਰਾ ਪਾ ਕੇ ਵਿੱਚ ਅਤੇ ਕਰਦੇ ਹਾਂ ਜਲਦੀ ਜਲਦੀ ਫਿਟਿੰਗ। ਚਲੋ ਇਸ ਤੋਂ ਬਾਅਦ ਲਾਉਂਦੇ ਆਪਾਂ ਫਰੰਟ ਐਕਸਲ, ਜੋ ਮੂਹਰਲਾ ਹਿੱਸਾ ਇਹਦਾ ਕਰਦੇ ਹਾਂ ਫਿੱਟ। ਲਓ ਜੀ ਕਸ ਦੇ ਬੋਲਟ, ਬਸ ਕਸ ਦੇ ਬੋਲਟ ਆ ਆਪੇ ਬਹਿ ਜੂ, ਚਲੋ। ਇਸ ਤੋਂ ਬਾਅਦ ਆਪਾਂ ਰੇਡੀਏਟਰ 'ਚ ਮਾਰਦੇ ਹਾਂ ਪਾਣੀ, ਪਾਣੀ ਮਾਰ ਕੇ ਇਹਨੂੰ ਸਾਫ਼ ਕਰਕੇ ਅਤੇ ਕੱਸ ਦਿਆਂਗੇ ਰੇਡੀਏਟਰ ਨੂੰ। ਅਤੇ ਇੱਧਰ ਆਪਣੀਆਂ ਪਾਵਰ ਵਾਲੀਆਂ ਪਾਈਪਾਂ ਲਗਭਗ ਫਿਟਿੰਗ ਹੋਈ ਜਾਂਦੀਆਂ, ਆਹ ਤੁਸੀਂ ਚੈੱਕ ਕਰ ਸਕਦੇ ਹੋ ਜਿਹਨੇ ਪਾਈਪਾਂ ਵਗੈਰਾ ਦੀ ਫਿਟਿੰਗ ਕਰੀ ਜਾਂਦੇ ਹਾਂ। ਜੋ ਆਪਣਾ ਪਾਵਰ ਟਰੈਕ ਸਟਾਰਟ ਹੋ ਗਿਆ ਸੀਗਾ, ਇੱਕ ਵਾਰ ਆਪਾਂ ਰਨਿੰਗ ਕਰਾਉਂਦੇ ਹਾਂ ਟਰੈਕਟਰ ਦੀ,
ਕਰਦੇ ਹਾਂ, ਬਾਕੀ ਇਹਨੂੰ ਚੈੱਕਅਪ ਕਰਦੇ ਹਾਂ ਸ਼ਾਮ ਤੱਕ।